ਇਹ ਗਾਣਾ ਮੈਂ ਬਾਈ ਨੇ ਲਿਖਿਆ ਸੀਗਾ ਤੇ ਸਾਲ ਹੋ ਗਿਆ ਬਾਈ ਨੇ ਕੁਝ ਨਹੀਂ ਕੀਤਾ ਉਸ ਗਾਣੇ ਦਾ ਪਰ ਹੁਣ ਚੱਲ ਹੁਣ ਸੁਣਾ ਫਿਰ ਤੇਰੇ ਨਾਮ ਦੀ ਮਹਿੰਦੀ ਲਾਵਾਂ ਮੇਰਾ ਦਿਲ ਕਰਦਾ ਸਰਦਾਰਾ। ਸਤਿ ਸ਼੍ਰੀ ਅਕਾਲ ਜੀ, ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਸਿੰਗਰ ਅਤੇ ਸੌਂਗ ਰਾਈਟਰ ਜਿਸ ਦੀ ਲਿਖਤੀ ਅਤੇ ਜਿਸ ਦੀ ਗਾਇਕੀ ਦੇ ਫੈਨਸ ਪੂਰੀ ਦੁਨੀਆ ਦੇ ਵਿੱਚ ਮੌਜੂਦ ਨੇ। ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗੈਰੀ ਸੰਧੂ ਨੇ ਦੱਸਿਆ ਕਿ ਐਮੀ ਵਿਰਕ ਨੂੰ ਗੈਰੀ ਸੰਧੂ ਨੇ 1 ਸਾਲ ਪਹਿਲਾਂ ਇੱਕ ਗਾਣਾ ਦਿੱਤਾ ਸੀ ਪਰ ਉਹ ਗਾਣਾ ਐਮੀ ਵਿਰਕ ਨੇ ਹਜੇ ਤੱਕ ਕਿਸੇ ਕਾਰਨ ਕਰਕੇ ਰਿਕਾਰਡ ਨਹੀਂ ਕੀਤਾ। ਇਸ ਵੀਡੀਓ ਦੇ ਵਿੱਚ ਗੈਰੀ ਸੰਧੂ ਨੇ ਦੱਸਿਆ ਕਿ ਗੈਰੀ ਨੇ ਗਾਣਾ ਐਮੀ ਵਿਰਕ ਨੂੰ 1 ਸਾਲ ਪਹਿਲਾਂ ਦਿੱਤਾ ਸੀ ਪਰ ਐਮੀ ਨੇ ਇਸ ਗਾਣੇ ਨੂੰ ਰਿਕਾਰਡ ਨਹੀਂ ਕੀਤਾ। ਪਰ ਇਸ ਵੀਡੀਓ ਦੇ ਰਾਹੀਂ ਗੈਰੀ ਸੰਧੂ ਨੇ ਐਮੀ ਵਿਰਕ ਕੋਲੋਂ ਇਸ ਗਾਣੇ ਨੂੰ ਗਵਾ ਕੇ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤਾ। ਕੀ ਨੇ ਗੈਰੀ ਸੰਧੂ ਦੇ ਇਸ ਗਾਣੇ ਦੇ ਬੋਲ, ਤੁਸੀਂ ਖੁਦ ਹੀ ਸੁਣੋ ਇਸ ਵੀਡੀਓ ਦੇ ਵਿੱਚ। ਇਹ ਗਾਣਾ ਮੈਂ ਬਾਈ ਨੇ ਲਿਖਿਆ ਸੀਗਾ ਤੇ ਸਾਲ ਹੋ ਗਿਆ ਬਾਈ ਨੇ ਕੁਝ ਨਹੀਂ ਕੀਤਾ ਉਸ ਗਾਣੇ ਦਾ ਪਰ ਹੁਣ ਚੱਲ ਹੁਣ ਸੁਣਾ ਫਿਰ ਤੇਰੇ ਨਾਮ ਦੀ ਮਹਿੰਦੀ ਲਾਵਾਂ ਮੇਰਾ ਦਿਲ ਕਰਦਾ ਸਰਦਾਰਾ ਗੱਡੀ ਬਣ ਕੇ ਉੱਡੀ ਜਾਵਾਂ ਮੇਰਾ ਦਿਲ ਕਰਦਾ ਸਰਦਾਰਾ ਵੇ। Yeah man, fresh media record ਜਿੰਦਾਬਾਦ। ਅੱਗੇ ਨਹੀਂ ਸੁਣਾਵਾਂਗੇ, ਬਸ ਇੰਨਾ ਹੀ ਬਹੁਤ ਹੈ, ਇੰਨਾ ਹੀ ਬਹੁਤ ਹੈ, ਠੰਡ ਬਹੁਤ ਹੈ। ਇਸ ਵੀਡੀਓ ਦੇ ਵਿੱਚ ਐਮੀ ਵਿਰਕ ਨੇ ਜਦ ਗਾਣਾ ਖਤਮ ਕੀਤਾ ਤਾਂ ਉਸ ਤੋਂ ਬਾਅਦ ਐਮੀ ਵਿਰਕ ਨੇ ਕਿਹਾ ਕਮਿੰਗ ਸੂਨ, ਜਿਸ ਦਾ ਮਤਲਬ ਇਹ ਹੈ ਕਿ ਐਮੀ ਵਿਰਕ ਬਹੁਤ ਹੀ ਜਲਦ ਇਸ ਗਾਣੇ ਨੂੰ ਰਿਕਾਰਡ ਕਰਨਗੇ। ਸੋ ਕਿੰਨੀ ਕੁੜੀ ਕਿ ਤੁਹਾਨੂੰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਗੈਰੀ ਸੰਧੂ ਦੇ ਲਿਖੇ ਗਏ ਇਸ ਗਾਣੇ ਨੂੰ ਸੁਣਨ ਦੀ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫਰਗੇਟ ਟੂ ਸਬਸਕ੍ਰਾਈਬ ਦਾ ਚੈਨਲ ਸਵੇਰਾ ਸਟਾਰ ਟਾਕਸ।